ਜੀ ਹੈਲੋ ਹੈਲੋ ਟੈਸਟਿੰਗ ਹੈਲੋ 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 ਮੈਕ ਚੈੱਕ ਹੈਲੋ ਹੈਲੋ ਸੋ ਹਾਜ਼ਰੀਨ ਬਾਬਾ ਜੀ ਸ਼ਹਿਨਸ਼ਾਹ ਦਰਬਾਰ ਬਾਬਾ ਕੋੜੀ ਵਾਲਾ ਜੀ ਦੇ ਪਾਵਨ ਮੁਕੱਦਸ ਚਰਨਾਂ ਦੀ ਹਾਜ਼ਰਾ ਹਜ਼ੂਰੀ ਦੇ ਅੰਦਰ ਜਿੰਨੀ ਵੀ ਸੰਗਤ ਅੱਜ ਬਾਬਾ ਜੀ ਦੇ ਮੇਲੇ ਦੇ ਵਿੱਚ ਮੇਲੇ ਦਾ ਰੂਪ ਬਣ ਕੇ ਆਈ ਹੈ, ਸਾਰੀ ਸੰਗਤ ਨੂੰ ਸਾਡੇ ਵੱਲੋਂ ਜਾਣੀ ਕਿ ਮਿੰਟੂ ਹੇਰ ਸੰਗੀਤ ਪਰਿਵਾਰ ਦੇ ਵੱਲੋਂ ਬਾਬਾ ਜੀ ਦੇ ਇਸ ਮੇਲੇ ਦੀ ਸਲਾਨਾ ਉਰਸ ਦੀ ਲੱਖ ਲੱਖ ਮੁਬਾਰਕਬਾਦ, ਲੱਖ ਲੱਖ ਵਧਾਈਆਂ ਨੇ। ਇਸ ਦਰਬਾਰ ਦੇ ਸੇਵਾਦਾਰ, ਇਸ ਦਰਬਾਰ ਦੇ ਕੁੱਕਰ ਬਾਬਾ ਜੀ ਬਾਬਾ ਹਰਵਿੰਦਰ ਸ਼ਾਹ ਜੀ, ਜਿਨ੍ਹਾਂ ਦੀ ਸਾਰੀ ਦੇਖ ਰੇਖ ਦੇ ਹੇਠ ਇਹ ਬਾਬਾ ਜੀ ਦਾ ਸਲਾਨਾ ਉਰਸ, ਕਿਉਂਕਿ ਇਸ ਦਰਬਾਰ 'ਤੇ ਬਹੁਤ ਮੇਲੇ ਲੱਗਦੇ ਨੇ ਸਾਲ ਦੇ ਵਿੱਚ, ਜਦੋਂ ਵੀ ਬਾਬਾ ਜੀ ਦੀ ਕਿਰਪਾ ਹੁੰਦੀ ਹੈ ਮੇਲਾ ਲੱਗ ਜਾਂਦਾ ਹੈ। ਸੋ ਅੱਜ ਉਹ ਮੇਲੇ ਦਾ ਰੰਗ, ਮੇਲੇ ਦਾ ਰੂਪ ਸਾਰੀ ਸੰਗਤ 'ਤੇ ਚੜਿਆ। ਸਿਆਣੇ ਕਹਿੰਦੇ ਨੇ, ਫਕਰ ਹੋਵੇ ਤੇ ਮਸਤ ਮਲੰਗ ਹੋਵੇ, ਗੁਰੂ ਹੋਵੇ ਤੇ ਹੁਨਰ ਦਾ ਹੋਵੇ ਪੂਰਾ। ਫਕਰ ਹੋਵੇ ਤੇ ਮਸਤ ਮਲੰਗ ਹੋਵੇ, ਗੁਰੂ ਹੋਵੇ ਤੇ ਹੁਨਰ ਦਾ ਹੋਵੇ ਪੂਰਾ। ਚੇਲਾ ਹੋਵੇ ਜੋ ਗੁਰੂ ਦੀ ਕਰੇ ਸੇਵਾ, ਭਾਵੇਂ ਗੁਰੂ ਵੱਲੋਂ ਸੀਸ ਦੀ ਮੰਗ ਹੋਵੇ। ਸੋ ਅੱਜ ਬਾਬਾ ਜੀ ਦੇ ਮੇਲੇ ਦੇ ਵਿੱਚ ਜਿੰਨੀ ਵੀ ਸੰਗਤ ਪਹੁੰਚੀ ਹੈ, ਮੈਂ ਪਹਿਲੇ ਵੀ ਬੇਨਤੀ ਕੀਤੀ ਸੀ, ਇੱਕ ਵਾਰ ਫਿਰ ਬੇਨਤੀ ਕਰਾਂਗਾ, ਜਿਹੜੀ ਸੰਗਤ ਬਾਬਾ ਜੀ ਦੇ ਅਤੁੱਟ ਭੰਡਾਰਿਆਂ ਦੇ ਵਿੱਚੋਂ ਲੰਗਰ ਪ੍ਰਸ਼ਾਦੇ ਛੱਕ ਕੇ ਫਰੀ ਹੋ ਚੁੱਕੀ ਹੈ, ਇਹ ਖੂਬਸੂਰਤ ਪੰਡਾਲ ਸਜਿਆ, ਬਾਬਾ ਜੀ ਦੀ ਮਹਿਫਲ ਸਜੀ ਹੈ, ਆਣ ਕੇ ਵਿਰਾਜਮਾਨ ਹੋ ਜਾਓ। ਕਿਉਂਕਿ ਸਿਆਣੇ ਕਹਿੰਦੇ ਨੇ, ਬੇਪੀਰੇ ਦਾ ਜੰਮਣ ਤੇ ਮਰਨ ਕੋਈ ਨਹੀਂ, ਉਹਦੀ ਬੰਦਗੀ ਵੀ ਕਿਸੇ ਕਾਰ ਦੀ ਨਹੀਂ। ਬੇਪੀਰੇ ਦਾ ਜੰਮਣ ਤੇ ਮਰਨ ਕੋਈ ਨਹੀਂ, ਉਹਦੀ ਬੰਦਗੀ ਵੀ ਕਿਸੇ ਕਾਰ ਦੀ ਨਹੀਂ। ਸੋ ਰੱਬ ਦੀ ਵਲੀ ਨਹੀਂ ਹੋ ਸਕਦਾ ਜਦ ਤੱਕ ਲੱਗਦੀ ਮੋਹਰ ਸਰਕਾਰ ਦੀ ਨਹੀਂ। ਸੋ ਜਿਹਨਾਂ ਤੇ ਮੋਹਰਾਂ ਲੱਗੀਆਂ ਨੇ ਸਰਕਾਰ ਦੀਆਂ, ਉਹ ਅੱਜ ਬਾਬਾ ਜੀ ਦੇ ਦਰ ਤੇ ਹਾਜ਼ਰੀਆਂ ਭਰ ਰਹੇ ਨੇ। ਆਓ, ਜ਼ਿਆਦਾ ਸਮਾਂ ਨਾ ਲੈਂਦੇ ਹੋਏ, ਮੈਂ ਉਸ ਬਿਹਤਰੀਨ ਆਵਾਜ਼ ਤੇ ਉਸ ਬਿਹਤਰੀਨ ਕਲਮ ਨੂੰ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਾਂ, ਜਿਹਨਾਂ ਦੇ ਲਿਖੇ ਹੋਏ ਗੀਤ ਪੰਜਾਬ ਦੇ ਮੈਂ ਕਿਹੜੇ ਕਿਹੜੇ ਕਲਾਕਾਰਾਂ ਦੇ ਨਾਂ ਲਵਾਂ, ਜਿਹਨਾਂ ਨੇ ਗਾਏ ਨੇ, ਗਾ ਕੇ ਅੱਜ ਸੁਪਰ ਸਟਾਰ ਬਣੇ ਨੇ, ਜਿਹਨਾਂ ਦੇ ਵਿੱਚੋਂ ਕੇ ਐਸ ਮੱਖਣ ਸਾਹਿਬ, ਕੰਠ ਕਲੇਰ ਜੀ, ਸਰਦੂਲ ਸਿਕੰਦਰ ਜੀ, ਰਣਜੀਤ ਰਾਣਾ ਜੀ, ਔਰ ਥੋੜ੍ਹੇ ਦਿਨਾਂ ਤੱਕ ਰਣਜੀਤ ਬਾਬਾ ਜੀ ਦੀ ਆਵਾਜ਼ ਦੇ ਵਿੱਚ ਉਹਨਾਂ ਦਾ ਲਿਖਿਆ ਗੀਤ ਆ ਰਿਹਾ। ਇੱਕ ਪੰਜਾਬੀ ਫਿਲਮ ਆ ਰਹੀ ਹੈ ਡਾਕੀਆ, ਉਹਦੇ ਵਿੱਚ ਵੀ ਮਿੰਟੂ ਭਾਅ ਜੀ ਦੇ ਲਿਖੇ ਹੋਏ ਦੋ ਤਿੰਨ ਗੀਤ ਆ ਰਹੇ ਨੇ। ਇੱਕ ਫਿਲਮ ਆ ਰਹੀ ਹੈ ਆਸ਼ਿਕ, ਪੰਜਾਬੀ ਫਿਲਮ, ਉਹਦੇ ਵਿੱਚ ਵੀ ਉਹ ਨਿੰਜੇ ਭਾਅ ਜੀ ਦੀ ਅਤੇ ਕੇ ਐਸ ਮੱਖਣ ਸਾਹਿਬ ਦੀ ਫਿਲਮ ਆ ਰਹੀ ਹੈ ਆਸ਼ਿਕ, ਉਹਦੇ ਵਿੱਚ ਵੀ ਮਿੰਟੂ ਸਾਹਿਬ ਦੇ ਲਿਖੇ ਨੇ ਦੋ ਤਿੰਨ ਗੀਤ। ਸੋ ਸੰਗਤ ਦਾ ਬਹੁਤ ਸਾਰਾ ਪਿਆਰ ਹੈ, ਬਾਬਾ ਜੀ ਦਾ ਆਸ਼ੀਰਵਾਦ ਹੈ। 8 ਜੂਨ ਨੂੰ ਅਸੀਂ ਮੇਲਾ ਕਰਕੇ ਗਏ ਸੀ ਬਾਬਾ ਜੀ ਦੇ ਦਰਬਾਰ 'ਤੇ ਪਹਿਲੀ ਵਾਰੀ। ਸੋ ਐਸਾ ਪਿਆਰ ਮਿਲਿਆ, ਐਸੀ ਮੁਹੱਬਤ ਬਣੀ ਬਾਬਾ ਜੀ ਦੇ ਨਾਲ ਕਿ ਦਿਲ ਹੀ ਰਲ ਗਿਆ। ਅਤੇ ਹੁਣ ਤਾਂ ਬਾਬਾ ਜੀ ਫੋਨ ਕਰਦੇ ਨੇ ਕਿ ਆ ਜਾਓ ਵੀ, ਸਾਰਾ ਸਾਜੋ ਸਮਾਨ ਲੈ ਕੇ ਆ ਜਾਓ, ਬਾਬਾ ਜੀ ਦਾ ਮੇਲਾ ਹੈ। ਸੋ ਬਾਬਾ ਜੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਾਂਗਾ ਜਿਨ੍ਹਾਂ ਨੇ ਇੰਨਾ ਪਿਆਰ ਬਖਸ਼ਿਆ, ਇੰਨੀ ਮੁਹੱਬਤ ਬਖਸ਼ੀ ਹੈ। ਆਓ ਉਸੇ ਮੁਹੱਬਤ ਅਤੇ ਉਸੇ ਪਿਆਰ ਨੂੰ ਅੱਗੇ ਵਧਾਉਂਦੇ ਹੋਏ ਮੈਂ ਚਾਹਾਂਗਾ ਵੀ ਇੱਕ ਤਾੜੀ ਜ਼ਰਾ ਬਾਬਾ ਜੀ ਦੇ ਨਾਂ ਦੀ ਜ਼ੋਰਦਾਰ, ਜਿਨ੍ਹਾਂ ਦਾ ਮੇਲਾ ਹੋ ਰਿਹਾ, ਕਿਉਂਕਿ ਅੱਜ ਆਏ ਹੋ ਬਾਬਾ ਜੀ ਦੇ ਦਰ 'ਤੇ। ਕੁਝ ਸੁਣ ਜਾ ਹੋ ਜਾਵੇ ਅਤੇ ਕੁਝ ਕਹਿ ਜਾ ਹੋ ਜਾਵੇ, ਕੁਝ ਦੇ ਜਾ ਹੋ ਜਾਵੇ ਅਤੇ ਕੁਝ ਲੈ ਜਾ ਹੋ ਜਾਵੇ, ਅਤੇ ਤਾੜੀ ਇੱਕ ਵਾਰੀ ਜ਼ੋਰ ਨਾਲ ਮਾਰ ਦਿਓ ਕਿ ਬਹਿ ਜਾ ਹੋ ਜਾਵੇ, ਔਰ ਤੁਹਾਡੀਆਂ ਪੁਰਜ਼ੋਰ ਤਾੜੀਆਂ ਦੇ ਵਿਚਕਾਰ ਬੁਲੰਦ ਆਵਾਜ਼ ਨਾਲ ਪੰਜਾਬੀ ਲੋਕ ਗਾਇਕੀ ਨਿਮਾਣ, ਪੰਜਾਬੀ ਸੰਗੀਤਕ ਕਲਮ ਦਾ ਉਹ ਵਿਦਵਾਨ ਕਲਾਕਾਰ ਮਿੰਟੂ ਹੇਰ ਸਾਹਿਬ, ਮਿੰਟੂ ਹੇਰ ਸਾਹਿਬ, ਮਿੰਟੂ ਹੇਰ ਸਾਹਿਬ।
ਦਰਬਾਰ ਬਾਬਾ ਉਮਰਦੀਨ ਸ਼ਾਹ ਉਹਨਾਂ ਦੇ ਚਰਨਾਂ 'ਚ ਸੱਜਦਾ ਹਾਜ਼ਰੀ। ਸਾਈਂ ਜੋਗਿੰਦਰ ਸ਼ਾਹ ਜੀ, ਸਾਈਂ ਭਜਨ ਸ਼ਾਹ ਜੀ, ਉਹਨਾਂ ਰੂਹਾਂ ਨੂੰ ਕੋਟ ਕੋਟ ਪ੍ਰਣਾਮ ਸੱਜਦਾ। ਸਾਈਂ ਹਰਵਿੰਦਰ ਸ਼ਾਹ ਜੀ, ਕਿਉਂਕਿ ਮੈਂ ਰੱਬ ਜੇ ਧਰਤੀ 'ਤੇ ਦੇਖਿਆ ਤਾਂ ਇਹਨਾਂ ਦੇ ਰੂਪ ਵਿੱਚ ਦੇਖਿਆ। ਇਹਨਾਂ ਨੇ ਮੈਨੂੰ ਬੜਾ ਆਸ਼ੀਰਵਾਦ ਦਿੱਤਾ, ਬੜਾ ਪਿਆਰ ਦਿੱਤਾ, ਕਿਉਂਕਿ ਮੈਂ ਤਾਂ ਲਿਖਦਾ ਸੀ ਸਿਰਫ। ਇਹਨਾਂ ਨੂੰ ਇੱਕ ਵਾਰ ਬੇਨਤੀ ਕੀਤੀ ਅਤੇ ਇਹਨਾਂ ਨੇ ਇੱਥੇ ਮੌਕਾ ਦਿੱਤਾ ਅਤੇ ਬਾਅਦ ਵਿੱਚ ਬਹੁਤ ਕਿਰਪਾ ਹੋ ਗਈ। ਸੋ ਹੁਣ ਕੈਸਟ ਦਾ ਵੀ ਕੰਮ ਸ਼ੁਰੂ ਕੀਤਾ ਆ, ਸਿੰਗਲ ਟਰੈਕ ਵੀ ਦੋ ਰੈਡੀ ਹੋ ਗਿਆ ਇਹਨਾਂ ਦੀ ਕਿਰਪਾ ਨਾਲ। ਤੁਹਾਡੇ ਨਗਰ ਨਿਵਾਸੀ ਸਾਰੀ ਸਾਧ ਸੰਗਤ ਦੇ ਇੰਨੇ ਪਿਆਰ ਨਾਲ, ਤੁਸੀਂ ਇੰਨਾ ਪਿਆਰ ਸਤਿਕਾਰ ਦਿੱਤਾ, ਕਿਉਂਕਿ ਸ਼ੁਰੂਆਤ ਕਰਨੀ ਕਿਸੇ ਵੀ ਕੰਮ ਦੀ ਬੜੀ ਔਖੀ ਹੁੰਦੀ ਆ। ਜਿਹੜਾ ਤੁਹਾਡੀ ਸ਼ੁਰੂਆਤ ਕਰਵਾ ਦੇਵੇ ਉਹ ਤੁਹਾਡੇ ਲਈ ਰਾਬੀ ਹੁੰਦਾ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਈਂ ਹਰਵਿੰਦਰ ਸ਼ਾਹ ਜੀ, ਮੇਰੇ ਲਈ ਰੱਬ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਅੱਛੀ ਸਾਊਂਡ ਆਕਾਸ਼ ਸਾਊਂਡ, ਪੰਜਾਬ ਲਾਈਵ 99 ਪੰਜਾਬ ਲਾਈਵ, ਉਹਨਾਂ ਦਾ ਵੀ ਧੰਨਵਾਦ। ਸੋ ਇੱਕ ਹਾਜ਼ਰੀ ਦਾਦਾ ਜੀ ਦੇ ਚਰਨਾਂ 'ਚ ਪਹਿਲਾਂ। ਜੋ ਮਿਲਦਾ ਨੀ ਕਿਸੇ ਬਾਜ਼ਾਰੀ ਅੰਦਰ, ਬਾਜ਼ਾਰੀ ਅੰਦਰ, ਜੋ ਮਿਲਦਾ ਨੀ ਕਿਸੇ ਬਾਜ਼ਾਰੀ ਅੰਦਰ, ਉਹ ਮਿਲਦਾ ਹੈ ਤੇਰੇ ਦਰਬਾਰੀ ਅੰਦਰ। ਜੋ ਮਿਲਦਾ ਨੀ ਕਿਸੇ ਬਾਜ਼ਾਰੀ ਅੰਦਰ, ਉਹ ਮਿਲਦਾ ਹੈ ਤੇਰੇ ਦਰਬਾਰੀ ਅੰਦਰ। ਹੇਰਾ ਵਾਲਾ ਮੈਂਟੂ ਕੈਦ ਹੋ ਕੇ ਰਹਿ ਗਿਆ, ਮੇਰੇ ਦਾਤਾ ਜੀ ਤੇਰੇ ਪਿਆਰੇ ਅੰਦਰ, ਮੇਰੇ ਦਾਤਾ ਜੀ ਤੇਰੇ ਪਿਆਰੇ ਅੰਦਰ। ਗੱਲ ਸਾਈਆਂ ਦੇ ਤੁੰਬੇ ਦੀ, ਗੱਲ ਤੁੰਬੇ ਦੀ ਕਰਨ ਲੱਗਾ ਮੈਂ, ਬਹਿ ਕੇ ਸੁਣ ਲਓ ਸਾਰੇ, ਇਹ ਤੁੰਬਾ ਮੇਰੇ ਸਾਈਆਂ ਦਾ ਲਾਉਂਦਾ ਪਾਰ ਕਿਨਾਰੇ। ਮੈਂਟੂ ਹੈਰਾ ਜਦ ਤੁਣ ਤੁਣ ਹੁੰਦੀ ਝੂਮਣ ਚੰਨ ਤੇ ਤਾਰੇ, ਇਹ ਤੁੰਬਾ ਮੇਰੇ ਸਾਈਆਂ ਦਾ ਲਾਉਂਦਾ ਪਾਰ ਕਿਨਾਰੇ, ਇਹ ਤੁੰਬਾ ਮੇਰੇ ਸਾਈਆਂ ਦਾ ਲਾਉਂਦਾ ਪਾਰ ਕਿਨਾਰੇ। ਤੁੰਬਾ ਵੱਜਦਾ ਦਿਲਾਂ ਦੇ ਵਿੱਚ ਕਾਰ ਜੋਗੀਆਂ ਵੇ, ਤੁੰਬਾ ਵੱਜਦਾ ਦਿਲਾਂ ਦੇ ਵਿੱਚ ਕਾਰ ਜੋਗੀਆਂ ਵੇ, ਤੁੰਬਾ ਵੱਜਦਾ ਮੈਨੂੰ ਤੇਰੇ ਨਾਲ, ਮੈਨੂੰ ਤੇਰੇ ਨਾਲ ਹੋ ਗਿਆ ਪਿਆਰ ਜੋਗੀਆਂ ਵੇ, ਤੁੰਬਾ ਵੱਜਦਾ ਵੱਜਦਾ ਦਿਲਾਂ ਦੇ ਵਿੱਚ ਕਾਰ ਜੋਗੀਆਂ ਵੇ, ਤੁੰਬਾ ਵੱਜਦਾ ਵੱਜਦਾ ਦਿਲਾਂ ਦੇ ਵਿੱਚ ਕਾਰ ਜੋਗੀਆਂ ਵੇ, ਤੁੰਬਾ ਵੱਜਦਾ। ਚੜ ਗਿਆ ਨਸ਼ਾ ਤੇਰੇ ਨਾਮ ਦਾ, ਮਾਨ
ਤੋੜੀ ਨਾ ਤੂੰ ਆਪਣੀ ਗੁਲਾਮ ਦਾ ਜਿੱਦ ਤੱਤੜੀ ਨੂੰ ਦਈ ਨਾ ਵਸਾਰ ਜੋਗੀਆ ਵੇ ਤੂੰ ਬਵਜਦਾ ਭੱਜਦਾ ਦਿਲਾਂ ਦੇ ਵਿੱਚ ਕਾਰ ਜੋਗੀਆ ਵੇ ਤੂੰ ਬਵਜਦਾ ਭੱਜਦਾ ਦਿਲਾਂ ਦੇ ਵਿੱਚ ਕਾਰ ਜੋਗੀਆ ਵੇ ਤੂੰ ਬਵਜਦਾ ਤੇਰਾ ਚਾਂਦੀ ਦੇ ਮੈਂ ਝੂਟਦੀ ਪੰਘੂੜੇ ਵੇ ਰੰਗ ਇਸ਼ਕ ਦੇ ਚੜ ਕੇ ਨਗੂੜੇ ਵੇ ਤੇਰਾ ਚਾਂਦੀ ਦੇ ਮੈਂ ਝੂਟਦੀ ਪੰਘੂੜੇ ਵੇ ਮੇਰੀ ਜ਼ਿੰਦਗੀ ਤੂੰ ਮੇਰੀ ਜ਼ਿੰਦਗੀ ਤੂੰ ਦਿੱਤੀ ਐ ਸ਼ਿੰਗਾਰ ਜੋਗੀਆ ਵੇ ਤੂੰ ਬਵਜਦਾ ਭੱਜਦਾ ਦਿਲਾਂ ਦੇ ਵਿੱਚ ਖਾਰ ਜੋਗੀਆ ਵੇ ਤੂੰ ਬਵਜਦਾ ਭੱਜਦਾ ਦਿਲਾਂ ਦੇ ਵਿੱਚ ਖਾਰ ਜੋਗੀਆ ਵੇ ਤੂੰ ਬਵਜਦਾ ਤਾੜੀ ਮਾਰ ਦਿਓ। ਸੋ ਇੱਕ ਗੀਤ ਗੱਲ ਸਾਂਝੀ ਵਾਲਤਾ ਦੀ ਅੱਲਾ ਰਾਮ ਰਹੀਮ ਵਾਹਿਗੁਰੂ, ਕਿਉਂਕਿ ਇਹ ਸਾਰੇ ਇੱਕ ਨੇ। ਆਪਾਂ ਨੂੰ ਵਹਿਮ ਆ ਵੀ ਰਾਮ ਹੋਰ ਆ, ਅੱਲਾ ਹੋਰ ਆ, ਰਹੀਮ ਹੋਰ ਆ, ਵਾਹਿਗੁਰੂ ਹੋਰ ਆ, ਕਿਉਂਕਿ ਜਲ, ਵਾਟਰ, ਪਾਣੀ ਉਹਨਾਂ ਦੇ ਜਿੱਦਾਂ ਨਾਂ ਵੱਖਰੇ, ਇਹਨਾਂ ਦੇ ਵੀ ਨਾਂ ਵੱਖਰੇ ਆ, ਪਰ ਹਨ ਇੱਕ ਹੀ ਇਹ। ਮੇਰਾ ਵੱਡਾ ਭਾਜੀ ਰਾਣਾ ਰਾਣਾ ਅਦਰਮਾਨ ਜੀ, ਬਹੁਤ ਬਹੁਤ ਧੰਨਵਾਦ ਭਾਅ ਜੀ, ਬਹੁਤ ਵਧੀਆ ਰਾਈਟਰ ਨੇ, ਮੈਂ ਇਹਨਾਂ ਤੋਂ ਬੜਾ ਫੈਨ ਹਾਂ ਇਹਨਾਂ ਦਾ ਜੀ, ਬਹੁਤ ਇਹਨਾਂ ਦੇ ਗੀਤ ਸੁਣੇ ਆ। ਸੋ ਗੱਲ ਸਾਂਝੀ ਵਾਲਤਾ ਦੀ, ਮੰਗ ਸਾਈਆਂ ਤੋਂ ਜੋ ਵੀ ਮੰਗਣਾ,
ਮੰਗ ਪਰ ਨੀਵਾਂ ਹੋ ਕੇ ਸਾਰੇ ਦੁੱਖ ਸੁੱਖ ਫੋਲ ਲਾ ਆਪਣੇ ਰੱਖੀ ਨਾ ਕੋਈ ਲਕੋ ਕੇ ਹਰ ਵੇਰੇ ਦਰ ਖੁੱਲਾ ਰਹਿੰਦਾ ਨਾ ਰੱਖਦੇ ਪੂਹਾ ਢੋਕੇ ਮੈਨੂੰ ਹੈਰਾ ਤੂੰ ਪਾਰਸ ਹੋ ਜਾ ਪੈਰ ਸਾਈਆਂ ਦੇ ਸ਼ੋਕੇ ਮੈਨੂੰ ਹੈਰਾ ਤੂੰ ਪਾਰਸ ਹੋ ਜਾ ਪੈਰ ਸਾਈਆਂ ਦੇ ਸ਼ੋਕੇ ਫੱਕਰਾਂ ਦੀ ਦੁਨੀਆ ਦੇ ਵੱਖਰੇ ਨਜ਼ਾਰੇ ਨੇ ਫੱਕਰਾਂ ਦੀ ਦੁਨੀਆ ਦੇ ਵੱਖਰੇ ਨਜ਼ਾਰੇ ਨੇ ਨਾ ਇੱਥੇ ਚੀਕਾਂ ਤੇ ਨਾ ਲਲਕਾਰੇ ਨੇ ਮੈਂ ਤੂੰ ਹੈਰ ਕਰਦਾ ਏ ਸਜਦਾ ਜੀ ਦਰ ਤੇ ਅੱਲਾਹੂ ਅੱਲਾਹੂ ਹੁੰਦੀ ਰਵੇ ਦਰ ਤੇ ਅੱਲਾਹੂ ਅੱਲਾਹੂ ਹੁੰਦੀ ਰਵੇ ਦਰ ਤੇ ਸੋ ਕਿਹੜੀ ਗੱਲ ਸਾਂਝੀ ਬਾਤਾਂ ਦੀ ਹੋ ਤੇਰੀ ਸਮਝ ਚ ਆਉਣੀ ਨਹੀਂ ਇਹ ਸੱਜਣਾ ਰਮਜ ਫਕੀਰਾਂ ਦੀ ਤੇਰੀ ਸਮਝ ਚ ਆਉਣੀ ਨਹੀਂ ਇਹ ਸੱਜਣਾ ਰਮਜ ਫਕੀਰਾਂ ਦੀ ਤੇਰੀ ਸਮਝ ਚ ਆਉਣੀ ਨਹੀਂ ਇਹ ਸੱਜਣਾ ਰਮਜ ਫਕੀਰਾਂ ਦੀ ਗੱਲ ਇੱਕੋ ਹੀ ਹੁੰਦੀ ਆ ਗੱਲ ਇੱਕੋ ਹੀ ਹੁੰਦੀ ਆ ਇਹਨਾਂ ਗੁਰੂਆਂ ਪੀਰਾਂ ਦੀ ਤੇਰੀ ਸਮਝ ਚ ਆਉਣੀ ਨਹੀਂ ਇਹ ਸੱਜਣਾ ਰਮਜ ਫਕੀਰਾਂ ਦੀ ਜਿਹੜੇ ਰੱਬ ਦੇ ਬੰਦੇ ਹੁੰਦੇ ਆ ਫਕੀਰ ਹੁੰਦੇ ਆ ਉਹ ਕੀ ਕਰਦੇ ਆ ਇਹ ਅੱਲਾ ਅੱਲਾ ਕਰਦੇ ਨੇ ਇਹ ਵਾਹਿਗੁਰੂ ਕੋਲੋਂ ਡਰਦੇ ਨੇ ਇਹ ਅੱਲਾ ਅੱਲਾ ਕਰਦੇ ਇਹ ਵਾਹਿਗੁਰੂ ਕੋਲੋਂ ਡਰ ਇਹ ਰਾਮ ਦੀ ਹਾਮੀ ਭਰਦੇ ਨੇ ਇਹ ਹਾਰ ਨਹੀਂ ਸਕਦੇ ਇਹ ਹਾਰ ਨਹੀਂ ਸਕਦੇ ਕਦੇ ਵੀ ਖੇਡ ਲਕੀਰਾਂ ਦੀ ਤੇਰੀ ਸਮਝ ਚ ਆਉਣੀ ਬਹੁਤ ਮਾਣ ਕਰਦੇ ਆ ਇਹ ਅੱਲਾ ਅੱਲਾ ਕਰਦੇ ਨੇ ਇਹ ਵਾਹਿਗੁਰੂ ਕੋਲੋਂ ਡਰਦੇ ਨੇ ਇਹ ਅੱਲਾ ਅੱਲਾ ਕਰਦੇ ਇਹ ਵਾਹਿਗੁਰੂ ਕੋਲੋਂ ਡਰਦੇ ਇਹ ਰਾਮ ਦੀ ਹਾਮੀ ਭਰਦੇ ਨੇ ਇਹ ਹਾਰ ਨਹੀਂ ਸਕਦੇ ਇਹ ਹਾਰ ਨਹੀਂ ਸਕਦੇ ਕਦੇ ਵੀ ਖੇਡ ਲਕੀ ਤੇਰੀ ਸਮਝ ਚ ਆਉਣੀ ਨਹੀਂ ਉਹ ਸੱਜਣਾ ਮੇਰਾ ਵੀਰ ਹਨੀ
ਬੜੀ ਸਾਂਝ ਆ ਵੀ ਆਇਆ ਬਹੁਤ ਬਹੁਤ ਤੁਹਾਨੂੰ ਹਾਂਜੀ ਭਾਜੀ ਦਾ ਮੈਨੇ ਤੈਨੂੰ ਮਾਰ ਦੇਣਾ ਤੂੰ ਤੂਨੇ ਸਾਨੂੰ ਤਾਰ ਦੇਣਾ ਮੈਨੇ ਤੈਨੂੰ ਮਾਰ ਤੂੰ ਤੂਨੇ ਤੈਨੂੰ ਤਗ ਸਾਡਾ ਉਹਨੇ ਸਾਰ ਦੇਣਾ ਸਾਡਾ ਰਾਜਾ ਸੁਣਦਾ ਏ ਸਾਡਾ ਰਾਜਾ ਸੁਣਦਾ ਸਦਾ ਗੱਲ ਆਪਣੀਆਂ ਹੀਰਾਂ ਦੀ ਤੇਰੀ ਸਮਝ ਚ ਆਉਣੀ ਨਹੀਂ ਸੱਜਣਾ ਰਮਜ ਫਕੀਰਾਂ ਦੀ ਨੂੰ ਸਾਹਮਣ ਲਈ ਫਕੀਰਾਂ ਵਰਗੇ ਹੋਣਾ ਪੈਂਦਾ ਹੈ ਅਤੇ ਫਕੀਰਾਂ ਵਰਗੇ ਹੋਣਾ ਬਹੁਤ ਔਖਾ ਆ ਮੇਰਾ ਵੀਰ ਸੀਤਾ ਬਹੁਤ ਵਧੀਆ ਢੋਲ ਮਾਸਟਰ ਮਾਈਕਲ ਭਾਅ ਜੀ ਉਹ ਵੀ ਬੈਠੇ ਆ ਸੋ ਇੱਕ ਗੱਲ ਅਰਦਾਸ ਕਰਨੀ ਆ ਹਰ ਇੱਕ ਲਈ ਮੈਂ ਗੀਤ ਗਾਉਂਦਾ ਹੁੰਦਾ ਰੋਟੀ ਕੱਪੜਾ ਅਤੇ ਮਕਾਨ ਕਿਉਂਕਿ ਤੁਸੀਂ ਬੈਠੇ ਆ ਦਾਤਾ ਜੀ ਦੇ ਦਰ 'ਤੇ ਹਾਜ਼ਰੀ ਅਰਦਾਸ ਸਭ ਲਈ ਕਿਉਂਕਿ ਆਪਣੀ ਜ਼ਿੰਦਗੀ ਦੀਆਂ ਤਿੰਨ ਬਹੁਤ ਜ਼ਰੂਰੀ ਚੀਜ਼ਾਂ ਆ ਹਰ ਗਰੀਬ ਅਮੀਰ ਨੂੰ ਚਾਹੀਦੀਆਂ ਰੋਟੀ ਕੱਪੜਾ ਅਤੇ ਮਕਾਨ ਗੱਡੀਆਂ ਬਿਨਾਂ ਸਰ ਜਾਂਦਾ ਆ ਸੋਨੇ ਬਿਨਾਂ ਸਰ ਜਾਂਦਾ ਆ ਪੈਸੇ ਬਿਨਾਂ ਵੀ ਸਰ ਜਾਂਦਾ ਪਰ ਇਹ ਤਿੰਨ ਚੀਜ਼ਾਂ ਤਾਂ ਹਰ ਵਕਤ ਬੰਦੇ ਨੂੰ ਚਾਹੀਦੀਆਂ ਸੋ ਉਹ ਗੱਲ ਆ
ਉਹ ਕਦੇ ਮਾਣ ਨਾ ਕਰੀਏ ਜੀ, ਨਾ ਕਰੀਏ ਜੀ, ਸਦਾ ਰੱਬ ਤੋਂ ਡਰੀਏ ਜੀ, ਡਰੀਏ ਜੀ, ਕਦੇ ਮਾਣ ਨਾ ਕਰੀਏ ਜੀ, ਕਦੇ ਮਾਣ ਨਾ ਕਰੀਏ ਜੀ, ਸਦਾ ਰੱਬ ਤੋਂ ਡਰੀਏ ਜੀ, ਡਰੀਏ ਜੀ, ਚੇਤਨ ਹੋਵੇ ਕਰਨਾ, ਚੇਤਨ ਹੋਵੇ ਕਰਨਾ, ਫਿਰ ਰੱਖੀਏ ਨੀਤ ਨਾ ਖੋਟੀ, ਰੱਬ ਸਭ ਨੂੰ ਦੇਵੇ ਜੀ, ਸਿਰ ਤੇ ਛੱਤ ਪਾਉਣ ਨੂੰ, ਕੱਪੜਾ ਖਾਣ ਨੂੰ ਰੋਟੀ, ਰੱਬ ਸਭ ਨੂੰ ਦੇਵੇ ਜੀ, ਸਿਰ ਤੇ ਛੱਤ ਪਾਉਣ ਨੂੰ, ਕੱਪੜਾ ਖਾਣ ਨੂੰ ਰੋਟੀ, ਕਦੇ ਮੇਣਾ ਮਾਰੀਏ ਨਾ, ਜੇ ਕੰਮ ਕਿਸੇ ਦੇ ਆਈਏ, ਬੇਸ਼ੱਕ ਜਵਾਬ ਦੇ ਦੋ, ਲਾਰਾ ਨਾ ਕਿਸੇ ਨੂੰ ਲਾਈਏ, ਬੇਸ਼ੱਕ ਜਵਾਬ ਦੇ ਦੋ, ਲਾਰਾ ਨਾ ਕਿਸੇ ਨੂੰ ਲਾਈਏ, ਧਰਤੀ ਨਾਲ ਜੁੜੇ ਰਹੀਏ, ਧਰਤੀ ਨਾਲ ਜੁੜੇ ਰਹੀਏ, ਓਏ ਛੂਣੀ ਜੇਕਰ ਚੋਟੀ, ਰੱਬ ਸਭ ਨੂੰ ਦੇਵੇ ਜੀ, ਸਿਰ ਤੇ ਛੱਤ ਪਾਉਣ ਨੂੰ, ਕੱਪੜਾ ਖਾਣ ਨੂੰ ਰੋਟੀ, ਰੱਬ ਸਭ ਨੂੰ ਦੇਵੇ ਜੀ, ਸਿਰ ਤੇ ਛੱਤ ਪਾਉਣ ਨੂੰ, ਕੱਪੜਾ ਖਾਣ ਨੂੰ ਰੋਟੀ, ਆਹ ਗੱਲ ਸੁਣਨ ਵਾਲੀ ਆ। ਸੜਕਾਂ ਤੇ ਸੌਂਦੇ ਜੋ, ਕਦੇ ਪੁੱਛ ਕੇ ਉਹਨਾਂ ਨੂੰ ਦੇਖੀ, ਕਿਵੇਂ ਮੰਨਣਾ ਪੈਂਦਾ ਏ, ਰੱਬ ਲਿਖ ਦੇਵੇ ਜੋ ਲੇਖੀ, ਕਿਵੇਂ ਮੰਨਣਾ ਪੈਂਦਾ ਏ, ਰੱਬ ਲਿਖ ਦੇਵੇ ਜੋ ਲੇਖੀ, ਕੋਈ ਤਰਸੇ ਰੁੱਖੀਆਂ ਨੂੰ, ਕੋਈ ਤਰਸੇ ਰੁੱਖੀਆਂ ਨੂੰ, ਕੋਈ ਚਿੱਥ ਕੇ ਸੁੱਟਦਾ ਬੋਟੀ, ਰੱਬ ਸਭ ਨੂੰ ਦੇਵੇ ਜੀ, ਸਿਰ ਤੇ ਛੱਤ ਪਾਉਣ ਨੂੰ, ਕੱਪੜਾ ਖਾਣ ਨੂੰ ਰੋਟੀ, ਰੱਬ ਸਭ ਨੂੰ ਦੇਵੇ ਜੀ, ਸਿਰ ਤੇ ਛੱਤ ਪਾਉਣ ਨੂੰ, ਕੱਪੜਾ ਖਾਣ ਨੂੰ ਰੋਟੀ, ਰੋਟੀ, ਦਾਦੇ ਪੜਦਾਦਿਆਂ ਦੀ ਹੈ ਦੌਲਤ ਕਈਆਂ ਕੋਲ, ਮਿਹਨਤ ਨਾਲ ਹਾਸਲ ਕੀਤੀ ਹੈ ਸ਼ੌਹਰਤ ਕਈਆਂ ਕੋਲ, ਮਿਹਨਤ ਨਾਲ ਹਾਸਲ ਕੀਤੀ ਹੈ ਸ਼ੌਹਰਤ ਕਈਆਂ ਕੋਲ, ਘਰ ਬੈਠਿਆਂ ਕੀ ਲੱਭਣਾ, ਘਰ ਬੈਠਿਆਂ ਕੀ ਲੱਭਣਾ, ਕਰ ਕੋਸ਼ਿਸ਼ ਮਾੜੀ ਮੋਟੀ, ਰੱਬ ਸਭ ਨੂੰ ਦੇਵੇ ਜੀ, ਸਿਰ ਤੇ ਛੱਤ ਪਾਉਣ ਨੂੰ, ਕੱਪੜਾ ਖਾਣ ਨੂੰ ਰੋਟੀ, ਰੱਬ ਸਭ ਨੂੰ ਦੇਵੇ ਜੀ, ਸਿਰ ਤੇ ਛੱਤ ਪਾਉਣ ਨੂੰ, ਕੱਪੜਾ ਖਾਣ ਨੂੰ ਰੋਟੀ, ਗ
ਗੱਲ ਰੱਬ ਨਾਲ ਸਿੱਧੀ ਜੇ ਕਿਤੇ ਮੈਂਟੂ ਹੈਰ ਦੀ ਹੁੰਦੀ ਹਰ ਗਰੀਬ ਨੂੰ ਦੇ ਦਿੰਦਾ ਮੈਂ ਅਲਾਦੀਨ ਦੀ ਮੁੰਦੀ ਹਰ ਗਰੀਬ ਨੂੰ ਦੇ ਦਿੰਦਾ ਮੈਂ ਅਲਾਦੀਨ ਦੀ ਮੁੰਦੀ ਲੋਹਾ ਵੀ ਤਾਰ ਦੇਵੇ ਲੋਹਾ ਵੀ ਤਾਰ ਦੇਵੇ ਲੋਕੋ ਇੱਕ ਲੱਗਣ ਦੀ ਸੋਟੀ ਰੱਬ ਸਭ ਨੂੰ ਦੇਵੇ ਜੀ ਸਿਰ ਤੇ ਛੱਤ ਪਾਉਣ ਨੂੰ ਕੱਪੜਾ ਖਾਣ ਨੂੰ ਰੋਟੀ ਰੱਬ ਸਭ ਨੂੰ ਦੇਵੇ ਜੀ ਸਿਰ ਤੇ ਛੱਤ ਪਾਉਣ ਨੂੰ ਕੱਪੜਾ ਖਾਣ ਨੂੰ ਰੋਟੀ ਰੱਬ ਸਭ ਨੂੰ ਦੇਵੇ ਜੀ ਸਿਰ ਤੇ ਛੱਤ ਪਾਉਣ ਨੂੰ ਕੱਪੜਾ ਖਾਣ ਨੂੰ ਰੋਟੀ ਰੱਬ ਸਭ ਨੂੰ ਦੇਵੇ ਜੀ ਸਿਰ ਤੇ ਛੱਤ ਪਾਉਣ ਨੂੰ ਕੱਪੜਾ ਖਾਣ ਨੂੰ ਰੋਟੀ ਖਾਣ ਨੂੰ ਰੋਟੀ ਖਾਣ ਨੂੰ ਰੋਟੀ ਬਹੁਤ ਬਹੁਤ ਧੰਨਵਾਦ ਠੀਕ ਹੈ ਭਾਜੀ ਥੈਂਕ ਯੂ ਰਾਣਾ ਭਾਜੀ ਆਦਰਾਵਾਨ ਤੋਂ ਬਹੁਤ ਮਾਣ ਕਰਕੇ ਗਏ ਬਹੁਤ ਵਧੀਆ ਲਿਖਦੇ ਤੇ ਗਾਉਂਦੇ ਨੇ ਸੀਤਾ ਭਾਜੀ ਥੈਂਕ ਯੂ ਭਾਜੀ ਸਾਡੇ ਮਾਈਕਲ ਭਾਜੀ ਵੀ ਬਹੁਤ ਮਾਣ ਕਰਕੇ ਗਏ ਬਹੁਤ ਬਹੁਤ ਧੰਨਵਾਦ ਸੋ ਇੱਕ ਗੀਤ ਬਾਪੂ ਦਾ ਕਿਉਂਕਿ ਜਿਹੜੀ ਜ਼ਿੰਦਗੀ ਦੇ ਵਿੱਚ ਥਾਂ ਬਾਪੂ ਪੂਰੀ ਕਰ ਸਕਦਾ ਉਹ ਕੋਈ ਵੀ ਨਹੀਂ ਪੂਰੀ ਕਰ ਸਕਦਾ ਜਿਹਨਾਂ ਦੇ ਬਾਪੂ ਹੈ ਨਹੀਂ ਉਹਨਾਂ ਨੂੰ ਇਸ ਗੱਲ ਦਾ ਪਤਾ ਆ ਕਿਉਂਕਿ ਜੇ ਬਾਪੂ ਸਿਰ 'ਤੇ ਆ ਤਾਂ ਸਾਰਾ ਕੁਛ ਹੀ ਆਪਣਾ ਆ ਗੱਡੀਆਂ ਕੋਠੀਆਂ ਕੱਪੜੇ ਆ ਭਾਵਾਂ ਔਖਾ ਹੋਵੇ ਆਪਣੇ ਲਈ ਸਭ ਕੁਛ ਹਾਜ਼ਰ ਕਰਦਾ ਸੋ ਐਸੀ ਇੱਕ ਗੱਲ ਬਾਪੂ ਦੀ ਕਿੱਥੇ ਕਿੱਥੇ ਲੋੜ ਆ ਕਿਉਂਕਿ ਸਾਡੇ ਬਾਪੂ ਜੀ ਬੈਠੇ ਮੋਹਰੇ ਸਾਈਂ ਹਰਵਿੰਦਰ ਸ਼ਾਹ ਜੀ ਸਾਡੇ ਸਾਰਾ ਕੁਛ ਨੇ ਇਹ ਖਾਸ ਕਰਕੇ ਮੇਰੇ ਸੋ ਕਲੇਰ ਭੱਜ ਨੇ ਗੀਤ ਗਾਇਆ ਸੀ ਉਦੋਂ ਪਹਿਲਾਂ ਇੱਕ ਸ਼ੇਰ ਉਹ ਵੀ ਇੱਕ ਗੀਤ ਹੀ ਆ ਉਹ ਵੀ ਕਲੇਰ ਨੇ ਗਾਉਣਾ ਆ ਕਲੇਰ ਭੱਜ ਨੇ ਸੋ ਉਹ ਸ਼ੇਰ ਤੋਂ ਬਾਅਦ ਗੀਤ ਬਾਪੂ ਦੀ ਕਿੱਥੇ ਕਿੱਥੇ ਲੋੜ ਆ ਪੁੱਤ ਕਿਰਤੀਆਂ ਦੇ ਆ ਹੱਥ ਸੋਨੇ ਦੇ ਪੁੱਤ ਕਿਰਤੀਆਂ ਦੇ ਆ ਹੱਥ ਸੋਨੇ ਦੇ ਹਾਰ ਮੰਨੀ ਸਾਥੋਂ ਸਦਾ ਹਾਰਾਂ ਨੇ ਉਹ ਕੰਮ ਬਾਪੂ ਦੇ ਸਿਖਾਏ ਕੰਮ ਆ ਨਹੀਂ ਤਾਂ ਬਾਪੂ ਦਾ ਆਪਣੇ ਬੱਚਿਆਂ ਨਾਲ ਕਿੱਦਾਂ ਦਾ ਰਿਸ਼ਤਾ ਹੁੰਦਾ ਆ ਉਹ ਰੁੱਖ ਦੀ ਜੜ੍ਹਾਂ ਦੇ ਨਾਲ ਪੰਛੀ ਦੀ ਪਰਾਂ ਦੇ ਨਾਲ ਰੁੱਖ ਦੀ ਜੜ੍ਹਾਂ ਦੇ ਨਾਲ ਪੰਛੀ ਦੀ ਪਰਾਂ ਰੁੱਖ ਦੀ ਜੜ੍ਹਾਂ ਦੇ ਨਾਲ ਪੰਛੀ ਦੀ ਪਰਾਂ ਦੇ ਨਾਲ ਗੱਲ ਕੂੜੇ ਰਿਸ਼ਤੇ ਦੀ ਜੋੜ ਹੁੰਦੀ ਆ ਚੱਲ ਕੂੜੇ ਰਿਸ਼ਤੇ ਦੀ ਜੋੜ ਹੁੰਦੀ ਆ ਵੀ ਇਹਦਾ ਪੁੱਤਾਂ ਨੂੰ ਪਿਓ ਦੀ ਬੜੀ ਲੋੜ ਹੁੰਦੀ ਆ
ਜਦ ਪੁੱਤਰ ਨੂੰ ਉਂਗਲੀ ਨਾਲ ਲਾਉਂਦਾ ਏ ਉੱਚੇ ਨੀਵੇਂ ਰਾਹ ਉੱਤੇ ਚੱਲਣਾ ਸਿਖਾਉਂਦਾ ਏ ਪਿਓ ਜਦ ਪੁੱਤਰ ਨੂੰ ਉਂਗਲੀ ਨਾਲ ਲਾਉਂਦਾ ਏ ਉੱਚੇ ਨੀਵੇਂ ਰਾਹ ਉੱਤੇ ਚੱਲਣਾ ਸਿਖਾਉਂਦਾ ਏ ਪਿਓ ਦੀ ਗੱਲ ਆਖੀ ਹੋਈ ਸੁਣ ਲਵੋ ਲੋਕੋ ਗੱਲ ਆਖੀ ਹੋਈ ਸੁਣ ਲਵੋ ਲੋਕੋ ਸਾਰੀਆਂ ਹੀ ਗੱਲਾਂ ਦਾ ਨਿਚੋੜ ਹੁੰਦੀ ਆ ਸਾਰੀਆਂ ਹੀ ਗੱਲਾਂ ਦਾ ਨਿਚੋੜ ਹੁੰਦੀ ਆ ਵੇ ਤਾਂ ਪੁੱਤਾਂ ਨੂੰ ਪਿਓ ਦੀ ਬੜੀ ਪੁੱਤਾਂ ਨੂੰ ਪਿਓ ਦੀ ਬੜੀ ਲੋੜ ਹੁੰਦੀ ਆ ਪੁੱਤਾਂ ਨੂੰ ਪਿਓ ਦੀ ਬੜੀ ਲੋੜ ਹੁੰਦੀ ਆ ਪੁੱਤਾਂ ਨੂੰ ਪਿਓ ਦੀ ਬੜੀ ਲੋੜ ਹੁੰਦੀ ਆ ਬਾਪੂ ਸਭ ਤੋਂ ਵੱਧ ਕਿੱਥੇ ਚੇਤੇ ਆਉਂਦਾ ਆ ਬਾਪੂ ਦੀ ਲੋੜ ਕਿੱਥੇ ਪੈਂਦੀ ਆ ਭੈਣ ਦਾ ਵਿਆਹ ਜਿੰਨਾ ਮਰਜ਼ੀ ਸਵਾਰਾਂਗਾ ਤੇਰੀ ਜਗ੍ਹਾ ਬਾਪੂ ਜੀ ਮੈਂ ਬਾਜਾ ਕਿਨੂੰ ਮਾਰਾਂਗਾ ਭੈਣ ਦਾ ਵਿਆਹ ਜਿੰਨਾ ਮਰਜ਼ੀ ਸਵਾਰਾਂਗਾ ਤੇਰੀ ਜਗ੍ਹਾ ਬਾਪੂ ਜੀ ਮੈਂ ਬਾਜਾ ਕਿਨੂੰ ਮਾਰਾਂਗਾ ਛੱਡਣਾ ਦੀ ਘੜੀ ਹੁੰਦੇ ਸੋਨੇ ਸੰਬੰਧੀ ਘੜੀ ਹੁੰਦੇ ਸੋਨੇ ਸੰਬੰਧੀ ਪੂਰੀ ਨਾ ਪਿਓ ਵਾਲੀ ਥੋੜ ਹੁੰਦੀ ਆ ਪੂਰੀ ਨਾ ਪਿਓ ਵਾਲੀ ਥੋੜ ਹੁੰਦੀ ਆ ਵੇ ਤਾਂ ਪੁੱਤਾਂ ਨੂੰ ਪਿਓ ਦੀ ਬੜੀ ਪੁੱਤਾਂ ਨੂੰ ਪਿਓ ਦੀ ਬੜੀ ਲੋੜ ਹੁੰਦੀ ਆ ਪੁੱਤਾਂ ਨੂੰ ਪਿਓ ਦੀ ਬੜੀ ਲੋੜ ਹੁੰਦੀ ਆ ਪੁੱਤਾਂ ਨੂੰ ਪਿਓ ਦੀ ਬੜੀ ਲੋੜ ਹੁੰਦੀ ਆ ਸੱਚ ਹੀ ਮਹਾਲ ਵੀ ਕਮਲ ਜੀ ਤਮਾਨੇ ਪਿਓ ਬਿਨਾ ਪੁੱਤਾਂ ਲਈ ਤਾਂ ਸੱਖਣਾ ਜਹਾਨੇ ਸੱਚ ਹੀ ਮਹਾਲ ਵੀ ਕਮਲ ਜੀ ਤਮਾਨੇ ਪਿਓ ਬਿਨਾ ਪੁੱਤਾਂ ਲਈ ਤਾਂ ਸੱਖਣਾ ਜਹਾਨੇ ਪਿਓ ਦੀ ਗੱਲ ਆਖੀ ਹੋਈ ਸੁਣ ਲਵੋ ਲੋਕੋ ਪਿਓ ਦੀ ਗੱਲ ਆਖੀ ਹੋਈ ਸੁਣ ਲਵੋ ਲੋਕੋ ਸਾਰੀਆਂ ਹੀ ਗੱਲਾਂ ਦਾ ਨਿਚੋੜ ਹੁੰਦੀ ਆ ਸਾਰੀਆਂ ਹੀ ਗੱਲਾਂ ਦਾ ਪੁੱਤਾਂ ਨੂੰ ਪਿਓ ਦੀ ਬੜੀ ਲੋੜ ਹੁੰਦੀ ਆ 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 ਸਾਈਂ ਹਰਵਿੰਦਰ ਸ਼ਾਹ ਜੀ ਬਾਪੂ ਲਈ ਆਪਣੇ ਲਈ ਤਾੜੀ ਮਾਰਦਿਆ ਕਰੋ ਆਪਣੇ ਬਾਪੂ ਜੀ ਆਪਣੇ ਸਾਹਮਣੇ ਬੈਠੇ ਆ ਇਹ ਸਦਾ ਹੀ ਆਪਣੇ ਨਾਲ ਇੱਦਾਂ ਹੀ ਰਹਿਣ ਇਹਨਾਂ ਦਾ ਆਸ਼ੀਰਵਾਦ ਬਣਿਆ ਰਹੇ ਸੋ ਇੱਕ ਗੱਲ ਫਕਰਾਂ ਦੀ ਫਕਰਾਂ ਤੋਂ ਡਰਨਾ ਚੰਗਾ ਆ ਜੇ ਡਰਾਂਗੇ ਤੇ ਸਭ ਕੁਛ ਮਿਲ ਜਾਂਦਾ ਆ ਸੋ ਇੱਕ ਨਵਾਂ ਗੀਤ ਲਿਖਿਆ ਆ ਕਦੇ ਫਕਰਾਂ ਨਾ ਮੱਥਾ ਲਾਈਨਾ ਤੇ ਕਦੇ ਮਸਤਾਂ ਦਾ ਰਾਹ ਘੇਰੀ ਨਾ
ਕਿਉਂਕਿ ਇਹਨਾਂ ਦਾ ਮੂਡ ਹੀ ਹੁੰਦਾ ਆ, ਇਹਨਾਂ ਦੀ ਹਮੇਸ਼ਾ ਰੱਬ ਨਾਲ ਸਿੱਧੀ ਗੱਲ ਹੁੰਦੀ ਆ। ਇਹਨਾਂ ਦੀ ਮੌਜ ਵਿੱਚ ਮੌਜ ਲੈਣੀ ਚਾਹੀਦੀ ਆ। ਮੇਰਾ ਜੀ ਕਰਦਾ, ਕੋਸ਼ਿਸ਼ ਕਰਦਾ ਤਲਵੰਡੀ ਦੇ ਬੋਲਣ ਲਈ ਕੁਛ, ਕਿਉਂਕਿ ਭਾਜੀ ਬੋਲ ਕੇ ਗਿਆ ਰਾਣਾ ਭਾਜੀ। ਇਹ ਕਰਮਾਂ ਵਾਲੀ ਤਲਵੰਡੀ ਜੀ, ਇਹ ਕਰਮਾਂ ਵਾਲੀ ਤਲਵੰਡੀ ਜੀ, ਇਹ ਖੁਸ਼ੀਆਂ ਜਾਵੇ ਵੰਡੀ ਜੀ, ਇਹ ਤਪਦੇ ਸੀਨੇ ਠਾਰਦੀ ਏ, ਇਹ ਰੂਹ ਨੂੰ ਕਰਦੀ ਠੰਡੀ ਜੀ, ਇਹ ਕਰਮਾਂ ਵਾਲੀ ਤਲਵੰਡੀ ਜੀ, ਇਹ ਖੁਸ਼ੀਆਂ ਜਾਵੇ ਵੰਡੀ ਜੀ। ਉਹ ਨੰਗ ਤੈਨੂੰ ਕਰ ਦੇਣਗੇ, ਨੰਗ ਤੈਨੂੰ ਕਰ ਦੇਣਗੇ, ਕਰ ਬੋਤੀ ਮੇਰੀ ਮੇਰੀ ਨਾਂ, ਨੰਗ ਤੈਨੂੰ ਕਰ ਦੇਣਗੇ, ਕਰ ਬੋਤੀ ਮੇਰੀ ਮੇਰੀ ਨਾਂ, ਕਦੇ ਫੱਕਰਾਂ ਨਾ, ਕਦੇ ਫੱਕਰਾਂ ਨਾ, ਕਦੇ ਫੱਕਰਾਂ ਨਾ, ਫੱਕਰਾਂ ਨਾ, ਕਦੇ ਫੱਕਰਾਂ ਨਾ ਮੱਥਾ ਲਾਈ ਨਾ, ਤੇ ਕਦੇ ਮਸਤਾਂ ਦਾ ਰਾਹ ਘੇਰੀ ਨਾ, ਕਦੇ ਫੱਕਰਾਂ ਨਾ ਮੱਥਾ ਲਾਈ ਨਾ, ਕਦੇ ਮਸਤਾਂ ਦਾ ਰਾਹ ਘੇਰੀ ਨਾ, ਕਦੇ ਫੱਕਰਾਂ ਨਾ ਮੱਥਾ ਲਾਈ ਨਾ, ਕਦੇ ਮਸਤਾਂ ਦਾ ਰਾਹ ਘੇਰੀ ਨਾ। ਮੌਜ ਵਿੱਚ ਰਹਿਣ ਮੰਨਿਆਂ ਸਦਾ ਕਰਦੇ, ਨਾ ਇਹ ਜੰਮਦੇ ਤੇ ਨਾ ਇਹ ਮਰਦੇ, ਮੌਜ ਵਿੱਚ ਰਹਿਣ ਮੰਨਿਆਂ ਸਦਾ ਕਰਦੇ, ਅੱਖਾਂ ਨਾਲ ਪੈਣੇ ਚੁਗਣੇ, ਅੱਖਾਂ ਨਾਲ ਪੈਣੇ ਚੁਗਣੇ, ਰਾਹਾਂ ਵਿੱਚ ਕੰਡੇ ਘੇਰੀਆਂ, ਕਦੇ ਫੱਕਰਾਂ ਨਾ ਮੱਥਾ ਲਾਈਦਾ, ਕਦੇ ਮਸਤਾਂ ਦਾ ਰਾਹ ਘੇਰੀਦਾ, ਕਦੇ ਫੱਕਰਾਂ ਨਾ ਮੱਥਾ ਲਾਈ, ਆਹ
ਫੱਕਰਾਂ ਦੀ ਗੱਲ ਇਹਨਾਂ ਦਾ ਗਣਿਤ ਬਸ ਇਹੀ ਪੜ ਸਕਦੇ ਇਹਨਾਂ ਮੋਰੇ ਮਿੰਟੂ ਹੇਰਾ ਇਹੀ ਖੜ ਸਕਦੇ ਇਹਨਾਂ ਦਾ ਗਣਿਤ ਬਸ ਇਹੀ ਪੜ ਸਕਦੇ ਇਹਨਾਂ ਮੋਰੇ ਮਿੰਟੂ ਹੇਰਾ ਇਹੀ ਖੜ ਸਕਦੇ ਰਾਹ ਰੋਕ ਲਵੇ ਇਹਨਾਂ ਦਾ ਰਾਹ ਰੋਕ ਲਵੇ ਇਹਨਾਂ ਦਾ ਐਸੀ ਕੋਈ ਤੂਫਾਨ ਨਹੀਂ ਨਾ ਕਦੇ ਪੱਕਿਆਂ ਦਾ ਮੱਥਾ ਲਾਈ ਨਾ ਕਦੇ ਮਸਤਾਂ ਦਾ ਰਾਹ ਘੇਰੀ ਨਾ ਫਕਰਾਂ ਦੀ ਕੁੱਲੀ ਵਿੱਚ ਰੱਬ ਵੱਸਦਾ
ਬਹੁਤ ਪਿਆਰ ਦਿੱਤਾ ਬਾਬਾ ਜੀ ਨੇ। ਸੋ ਇੱਕ ਰਿਸ਼ਤਿਆਂ ਦੀ ਗੱਲ, ਕਿਉਂਕਿ ਸਾਡੇ ਬਜ਼ੁਰਗ ਵੀ ਬੈਠੇ ਆ, ਮਾਤਾਵਾਂ ਭੈਣਾਂ ਬੈਠੀਆਂ ਆ, ਜਿਹਨਾਂ ਰਿਸ਼ਤਿਆਂ ਦੀ ਨਹੀਂ ਗੱਲ ਹੋਈ ਉਹਨਾਂ ਰਿਸ਼ਤਿਆਂ ਦੀ ਗੱਲ। ਗੱਲ ਆਪਣੀਆਂ ਭੈਣਾਂ ਭਰਾਵਾਂ ਦੀ, ਚਾਚਿਆਂ ਤਾਇਆਂ ਦੀ, ਮਾਮਿਆਂ ਦੀ, ਭੂਆ ਮਾਸੀ ਨਾਨੀ ਸਾਰੇ ਰਿਸ਼ਤਿਆਂ ਦੀ ਗੱਲ। ਗੱਲ ਸੱਚੀ ਸੱਜਿਆਂ ਦੀ, ਸੱਚੀ ਸੱਜਿਆਂ ਦੀ, ਗੱਲ ਸੱਚੀ ਸੱਜਿਆਂ ਦੀ ਹੁੰਦੀ ਵੀਰਾਂ ਨਾਲ ਸਰਦਾਰੀ ਨਾਲ, ਗੱਲ ਸੱਚੀ ਸੱਜਿਆਂ ਦੀ ਹੁੰਦੀ ਵੀਰਾਂ ਨਾਲ ਸਰਦਾਰੀ, ਰੱਖ ਸਾਂਭ ਸਾਂਭ ਮਿੱਤਰਾ ਮਾਪੇ ਲੱਭਦੇ ਆ ਇੱਕ ਵਾਰ, ਰੱਖ ਸਾਂਭ ਸਾਂਭ ਮਿੱਤਰਾ ਮਾਪੇ ਲੱਭਦੇ ਆ ਇੱਕ ਵਾਰ, ਕੀਮਤ ਫਿਰ ਜਾਣੇਗਾ ਜਦੋਂ ਇਹ ਮਾਰਗ ਦੂਰ ਉਡਾਰੀ, ਰੱਖ ਸਾਂਭ ਸਾਂਭ ਮਿੱਤਰਾ ਮਾਪੇ ਲੱਭਦੇ ਆ ਇੱਕ ਵਾਰ, ਰੱਖ ਸਾਂਭ ਸਾਂਭ ਮਿੱਤਰਾ ਮਾਪੇ ਲੱਭਦੇ ਆ ਇੱਕ ਵਾਰੀ। ਗੱਲ ਭੈਣਾਂ ਦੀ, ਇਹ ਹੁੰਦੀਆਂ ਕੱਚ ਦੀਆਂ ਭੈਣਾਂ ਨੂੰ ਬੋਲ ਨਾ ਬੋਲੀ ਉੱਚੇ, ਦੁੱਖ ਦੇਖ ਕੇ ਵੀਰਾਂ ਦੇ ਨੈਣਾ ਚੋਂ ਡੋਲਣ ਅਥਰੂ ਸੁੱਚੇ, ਦੁੱਖ ਦੇਖ ਕੇ ਵੀਰਾਂ ਦੇ ਨੈਣਾ ਚੋਂ ਡੋਲਣ ਅਥਰੂ ਸੁੱਚੇ, ਧੀਆਂ ਤਾਂ ਗਊਆਂ ਨੇ ਇਹਨਾਂ ਨਾਲ ਕਰਨੀ ਕੀ ਹੁਸ਼ਿਆਰੀ, ਇਹ ਚਿੜੀਆਂ ਹੁੰਦੀਆਂ ਨੇ ਉਹ ਜਾਂਦੀਆਂ ਇੱਕ ਦਿਨ ਮਾਰ ਉਡਾਰੀ, ਰੱਖ ਸਾਂਭ ਸਾਂਭ ਮਿੱਤਰਾ ਮਾਪੇ ਲੱਭਦੇ ਆ ਇੱਕ ਵਾਰੀ, ਰੱਖ ਸਾਂਭ ਸਾਂਭ ਮਿੱਤਰਾ ਮਾਪੇ ਲੱਭਦੇ ਆ ਇੱਕ ਵਾਰੀ। ਦਾਦੀ ਦੀ ਉਹ ਕਰਲਾ ਸੇਵਾ ਜਿੰਨੀ ਹੁੰਦੀ, ਨਾਨੇ ਤੋਂ ਲੈ ਮੱਤਾਂ ਉਹ ਨਾਨੀ ਪਈ ਪਿਆਰ ਵਿੱਚ ਗੁੰਦੀ, ਨਾਨੇ ਤੋਂ ਲੈ ਮੱਤਾਂ ਉਹ ਨਾਨੀ ਪਈ ਪਿਆਰ ਵਿੱਚ ਗੁੰਦੀ, ਜੇ ਮਾਂ ਕਹੀਏ ਦੋ ਵਾਰੀ ਤੇ ਮਾਮਾ ਬਣਦਾ ਹੈ ਇੱਕ ਵਾਰੀ, ਭੂਆ ਦੀ ਮਮਤਾ ਵੀ ਹੁੰਦੀ ਕੁੱਲ ਦੁਨੀਆ ਤੋਂ ਨਿਆਰੀ, ਰੱਖ ਸਾਂਭ ਸਾਂਭ ਮਿੱਤਰਾ ਮਾਪੇ ਲੱਭਦੇ ਆ ਇੱਕ ਵਾਰੀ, ਰੱਖ ਸਾਂਭ ਸਾਂਭ ਮਿੱਤਰਾ ਮਾਪੇ ਲੱਭਦੇ ਆ ਇੱਕ ਵਾਰੀ।
ਗੱਲ ਸਾਂਝਿਆ ਪਰਿਵਾਰਾਂ ਦੀ ਚਾਚਿਆਂ ਤਾਇਆਂ ਦੀ ਰੌਣਕ ਲਾ ਦਿੰਦੇ ਨੇ ਇਕੱਠੇ ਜਦ ਹੁੰਦੇ ਚਾਚੇ ਤਾਏ ਚਾਚੇ ਕਿਸਮਤ ਨਾਲ ਮਿਲਦੇ ਨੇ ਉਹ ਸੱਜਣਾ ਇੱਥੇ ਅਮੜੀ ਜਾਏ ਕਿਸਮਤ ਨਾਲ ਮਿਲਦੇ ਨੇ ਉਹ ਸੱਜਣਾ ਇੱਥੇ ਅਮੜੀ ਜਾਏ ਹੈਰਾਂ ਦੇ ਮੈਂਟੂ ਨੂੰ ਯਾਰਾਂ ਦੀ ਰਹਿੰਦੀ ਚੜੀ ਖੁਆਰ ਅਸਿੱਧਾ ਜਾ ਤਖਤਾਂ ਨੂੰ ਬਾਪੂ ਤੇਰੇ ਸਿਰ ਤੇ ਠੋਕਰ ਮਾਰੀ ਰੱਖ ਸਾਂਭ ਸਾਂਭ ਮਿੱਤਰਾ ਮਾਪੇ ਲੱਭਦੇ ਆ ਇੱਕ ਵਾਰੀ ਰੱਖ ਸਾਂਭ ਸਾਂਭ ਮਿੱਤਰਾ ਮਾਪੇ ਲੱਭਦੇ ਆ ਇੱਕ ਵਾਰੀ ਮਾਪੇ ਲੱਭਦੇ ਆ ਮਾਪੇ ਲੱਭਦੇ ਆ ਮਾਪੇ ਲੱਭਦੇ ਆ ਮਾਪੇ ਲੱਭਦੇ ਆ ਇੱਕ ਵਾਰੀ ਸੋ ਬਹੁਤ ਬਹੁਤ ਧੰਨਵਾਦ ਜੇ ਭੈਣਾਂ ਨੇ ਗੀਤ ਇੱਕ ਸੁਣਨਾ ਤਾਂ ਮੈਂ ਗਾ ਦੇਵਾਂ ਸੁਣਨਾ ਤੁਸੀਂ ਜੇ ਤੁਸੀਂ ਗਾਉਣਾ ਤਾਂ ਬਾਬਾ ਜੀ ਕਹਿੰਦੇ ਗਾ ਦੇ ਉਹਨਾਂ ਨੂੰ ਪੁੱਛ ਕੇ ਪੰਜਾਬ 99 ਲਾਈਵ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਨਮੋਲ ਭਾਅ ਜੀ ਸਾਡੇ ਮੂਵੀ ਵਾਲੇ ਭਾਅ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਸਾਈਆਂ ਦੀ ਜੈ ਪੀਰਾਂ ਦੀ